ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਅੱਜ ਦਾ ਵਲੋਗ ਸ਼ੁਰੂ ਹੋ ਰਿਹਾ ਪਿੰਡ ਜੋਧਾ, ਜ਼ਿਲ੍ਹਾ ਲੁਧਿਆਣੇ ਤੋਂ, ਤੇ ਸ਼ਾਇਦ ਇਹ ਵਲੋਗ ਐਂਡ ਹੋਊਗਾ ਮੋਹਾਲੀ ਜਾਂ ਫਿਰ ਸ਼ਿਮਲਾ ਸਟੇਟ ਹਿਮਾਚਲ ਪ੍ਰਦੇਸ਼। ਅੱਜ ਮੈਂ ਤੇ ਪਵਨ ਬਹੁਤ ਦਿਨਾਂ ਬਾਅਦ ਇਕੱਠੇ ਹੋਏ ਹਾਂ, ਸੋ ਵੈਲਕਮ ਇਟ ਚੈਨਲ ਗਾਈਸ। ਅੱਜ ਹੈਗਾ ਆਪਣਾ ਰਣਸ਼ੇਰ ਨਾਲ ਤੀਜਾ ਅਟੈਂਪਟ ਸ਼ਿਮਲੇ ਪਹੁੰਚਣ ਦਾ। ਪਹਿਲੀ ਵਾਰੀ ਅਸੀਂ ਕੰਡਾ ਘਾਟੀ ਰੁਕ ਗਏ ਸੀਗੇ, ਦੂਜੀ ਵਾਰੀ ਅਸੀਂ ਸ਼ਿਮਲੇ ਤੋਂ ਠੀਕ 8-10 ਕਿਲੋਮੀਟਰ ਪਿੱਛੇ ਰੁਕੇ ਸੀਗੇ, ਕਿਉਂਕਿ ਟ੍ਰੈਫਿਕ ਬਾਹਲੀ ਹੋ ਗਈ ਸੀਗੀ ਅਤੇ ਨੈਕਸਟ ਡੇ ਜਾਣਾ ਸੀਗਾ। ਪਰ ਜਦ ਨੂੰ ਹਮਾਇਤ ਮੁੱਕਰ ਗਈ, ਉਹ ਸਾਡੇ ਨਾਲ ਜੀਤ ਆਇਆ ਸੀਗਾ, ਉਹ ਕਹਿੰਦੇ ਵੀ ਮੈਂ ਇਦੂਗਾ ਨੇ ਮੈਂ ਤਾਂ ਘਰੇ ਜਾਣਾ ਵਾਂ। ਅਤੇ ਅੱਜ ਸਾਡੀ ਤੀਜੀ ਵਾਰੀ, ਦੇਖਦੇ ਹਾਂ ਅੱਜ ਕੀ ਬਣਦਾ। ਕਿਉਂ ਹਾਂਜੀ, ਆਪਣੇ ਦੋ ਬੈਗ ਪੂਰੇ ਰੈਡੀ ਹੋ ਗਏ ਅਤੇ ਇੱਕ ਹਲੇ ਵਿਚਾਰਾ ਰੈਡੀ ਹੁੰਦਾ ਵਾ। ਹੁਣ ਤੁਸੀਂ ਸੋਚੋਗੇ ਵੀ ਇੰਨਾ ਸਮਾਨ ਕਾਹਤੋਂ। ਦਰਅਸਲ ਜੇ ਆਪਾਂ ਗਾਹਾਂ ਸ਼ਿਮਲੇ ਨੂੰ ਗਏ, ਉਹ ਮੈਂ ਤੁਹਾਨੂੰ ਕੁਛ ਨਹੀਂ ਭੁੱਲ ਗਿਆ ਸੀਗਾ, ਆਈ ਗੋਟ ਅ ਨਿਊ ਐਪਲ ਵਾਚ ਗਿਫਟ ਫਰੋਮ ਮਾਸਟਰ। ਇੰਨਾ ਪਿਆਰ ਨਾ ਚੰਦਰਿਆ ਤੂੰ ਕਰ, ਹਲੇ ਪਿਆਰ ਹੋਰ ਵੀ ਆ। ਆਈ ਗੋਟ ਨਿਊ ਸ਼ੂਜ ਫਰੋਮ ਮਾਸਟਰ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਐਂਡ ਆ ਕੋਟੀ ਦਾ ਤੁਹਾਨੂੰ ਪਤਾ ਹੀ ਆ, ਇਹ ਕੋਟੀ ਮੈਨੂੰ ਸਨੀ ਨੇ ਲੈ ਕੇ ਦਿੱਤੀ ਸੀਗੀ, ਚੜਾਈ ਆ। ਤੇ ਬਾਕੀ ਤੁਹਾਨੂੰ ਮੈਂ ਕਹਿਣ ਕੀ ਲੱਗਿਆ ਸੀਗਾ, ਜਿਹੜਾ ਆਪਣਾ ਸਮਾਨ ਆ ਇਹ ਅੱਧਾ ਸੀ ਐਕਚੁਅਲੀ ਉੱਥੇ ਰੱਖਿਆ ਹੋਣਾ ਮੋਹਾਲੀ, ਬੜੇ ਮੋਟੇ ਮਾਟੇ ਕੱਪੜੇ ਨੇ, ਕਿਉਂਕਿ ਇੱਥੇ ਆਪਣੇ ਫਿਰ ਵੈਸੇ ਵੀ ਸਾਰੇ ਟੈਚੀਆਂ ਜੀ ਪਏ ਰਹਿੰਦੇ ਆ, ਕਿਉਂਕਿ ਪਹਿਲਾਂ ਹਰਮਨ ਨਹੀਂ ਆਏ ਹੋਏ ਸੀਗੇ ਤਾਂ ਸਮਾਨ ਸਾਰਾ ਟੈਚੀ ਜਾ ਗਿਆ ਸੀਗਾ। ਤੇ ਗਾਹਾਂ ਹੁਣ ਆਪਣੇ ਮਨ ਹੋਣਾ ਨੇ ਆਉਣਾ ਵਾ, ਫਿਰ ਸਾਰਾ ਸਮਾਨ ਅਲਮਾਰੀ ਤੋਂ ਬਾਹਰ ਕੋਈ ਸੋਚਿਆ ਸੀ, ਫਿਰ ਉੱਥੇ ਟਕਾਇਆਵਾਂਗੇ, ਥੋੜੇ ਜਿਹੇ ਮੋਟੇ ਕੱਪੜੇ ਰੱਖਿਆਵਾਂਗੇ, ਕਿਉਂਕਿ ਹੁਣ ਆਪਣੇ ਤਾਂ ਗਰਮੀ ਆ ਜਣੀ ਆ, ਜੇ ਉੱਥੋਂ ਗਾਹਾਂ ਪਹਾੜਾ ਪੂੜਾ ਤੇ ਜਾਣਾ ਹੋਵੇ ਉੱਥੇ ਚੱਕ ਉੱਥੋਂ ਚੱਕ ਲਿਆ ਕਰਾਂਗੇ ਫਿਰ ਅਸੀਂ। ਯੈਸ, ਆਹ ਦਿਮਾਗ ਦੇਖ ਬਈ, ਹੁਣ ਜਿੱਥੇ ਵੀ ਮੈਂ ਤੇ ਪਵਨ ਟਰੈਵਲ ਕਰਾਂਗੇ ਓਬਵੀਅਸਲੀ ਰਣਸ਼ੇਰ ਦੇ ਨਾਲ ਹੋਊਗਾ ਹੀ। ਸੋ ਆਪਣਾ ਹਰ ਟਰੈਵਲ ਤੇ ਇੱਕੋ ਹੀ ਮਕਸਦ ਹੋਇਆ ਕਰੂਗਾ ਕਿ ਆਪਾਂ ਇਹਦੀ ਇੱਕ ਪਰਫੈਕਟ ਪਿਕਚਰ ਲੱਭਿਆ ਕਰਨੀ ਆ, ਉਹ ਦੇਖਦੇ ਆਪਾਂ ਨੂੰ ਅੱਜ ਹੀ ਲੱਭਦੀ ਆ ਜਾਂ ਹਲੇ ਆਪਾਂ ਨੂੰ ਕੱਲ ਤੱਕ ਵੇਟ ਕਰਨੀ ਪਊ। ਹਾਂਜੀ, ਇਹਨੂੰ ਹੁਣ ਆਏ ਆ ਵੀ ਪਿੰਦਰ ਇਹਨੂੰ ਛੇਤੀ ਗੋਦੀ ਚੱਕੇ ਤੇ ਇਹਨੂੰ ਬਾਹਰ ਲੈ ਕੇ ਚੱਲੇ। ਆ ਆਪਣੇ ਸ਼ੂ ਨੇ ਪੁੱਤ ਜੇ ਪੈਰੀ ਥਲੋਂ ਓ ਲੈ ਜਾ ਮਮਾ ਕੋਲ ਤੁਰ ਕੇ ਆ ਜਾ ਜਾ ਆ ਜਾ ਆ ਜਾ ਆ ਜੋ ਆ ਜੋ ਆ ਜਾ 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 ਖੋਤਾ। ਅੱਜ ਮੈਨੂੰ ਇੱਥੇ ਇੱਕ ਗਾਣਾ ਯਾਦ ਆਇਆ। ਹਾਂਜੀ, ਅੱਛਾ ਤੋ ਫਿਰ ਹਮ ਚਲਤੇ ਹੈਂ ਦੁਆਓਂ ਮੇਂ ਯਾਦ ਰੱਖਨਾ। ਜੇ ਤੁਸੀਂ ਛੋਟੇ ਜਵਾਕ ਨਾਲ ਟਰੈਵਲ ਕਰ ਰਹੇ ਹੋ ਤਾਂ ਦੋ ਚਾਰ ਗੱਲਾਂ ਦਾ ਦਿਮਾਗ ਜ਼ਰੂਰ ਰੱਖਿਓ। ਇੱਕ ਤਾਂ ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ ਤੇ ਦੂਜਾ ਤੁਹਾਡੇ ਪਲਾਨ ਆਫ ਐਕਸ਼ਨ ਕਿਸੇ ਵਕਤ ਵੀ ਚੇਂਜ ਹੋ ਸਕਦੇ ਆ। ਜਿਵੇਂ ਕਿ ਅੱਜ ਅਸੀਂ ਸੋਚਿਆ ਇਹ ਸੀਗਾ ਕਿ ਅਸੀਂ ਮਾਲ ਰੋਡ ਘੁੰਮਾਂਗੇ, ਪਰ ਜਦੋਂ ਦੇਖਿਆ ਅਸੀਂ ਹਵਾ ਚੱਲ ਰਹੀ ਆ ਫਿਰ ਸਾਡਾ ਸਾਰਾ ਪਲਾਨ ਚੇਂਜ ਹੋ ਗਿਆ। ਆ ਜਾ ਪੁੱਤ, ਆ ਜਾ ਯਾਰ, ਦੋ ਮਿੰਟ ਪਾਰੀ ਤਾਂ ਕਰ ਲਾ। ਚਲ ਚੰਗਾ ਚੰਗਾ ਨਾ, ਜਿੱਦਣ ਦਾ ਮਾਸਟਰ ਆਇਆ ਥਾਰ ਉਹਦੇ ਕੋਲ ਹੀ ਆ, ਮਤਲਬ ਜਿੱਦਣ ਜਾਊਗਾ ਉਦਣ ਹੀ ਵਾਪਸ ਮਿਲੂਗੀ। ਪੁੱਛਦਾ ਵੀ ਨਹੀਂ ਹੈਗਾ ਵੀ ਭਾਈ ਹੋਰ ਰੱਖ ਲਾ, ਕਹਿੰਦਾ ਹੀ ਹੁੰਦਾ ਮੈਂ 5 ਦਿਨ ਹੋਰ ਰੱਖੂ, ਹਲੇ ਹਲੇ ਸਾਡੀ ਆਹ ਪਾਰਟੀ ਰਹਿੰਦੀ ਆ, ਹਲੇ ਮੈਂ ਇੱਥੇ ਜਾਣਾ। ਹਾਂਜੀ, ਖੁਸ਼ ਹੋ ਗਿਆ ਸੀ, ਘੁੰਮਣ ਚੱਲੇ ਸੀ ਆਪਾਂ। ਇਹ ਉਲਟ ਕਹਿਣ ਲੱਗਾ, ਮੈਨੂੰ ਮੰਮਾ ਕਹਿਣ ਲੱਗ ਗਿਆ, ਪਰ ਸਾਰਿਆਂ ਨੂੰ ਮੰਮਾ ਕਹਿੰਦਾ ਨਾ।
ਜਿਹਨੂੰ ਨਹੀਂ ਕੋ ਜਿਵੇਂ ਵਰਿੰਦਰ ਨੂੰ ਇਹਨੂੰ ਮਾਮਾ ਕਹਿਣਾ ਹੁੰਦਾ ਉਹਨੂੰ ਮਾਮਾ ਕਹੂਗਾ ਵੀ ਜਿਹੜੀ ਜਿਹੜੀ ਲਫ਼ਜ਼ ਨੂੰ ਬੋਲਣਾ ਹੁੰਦਾ ਉਹੀ ਬੋਲਦਾ ਨਹੀਂ ਫਿਰ ਸਾਡਾ ਮੰਮਾ ਹੀ ਚੱਲ ਉਹ ਨਹੀਂ ਫੜਦੇ ਤੈਨੂੰ ਨਹੀਂ ਫੜਦੇ ਚਲ ਬਾਏ ਕਰਦੇ ਬਾਏ ਕਰਦੇ ਬਾਏ ਕਰ ਬਾਏ ਕਰਦੇ ਦਾਦੀ ਬਾਏ ਕਰਦੇ ਬਾਏ ਹੁਣ ਅਸੀਂ ਡੇਲੋ ਰੁਕੇ ਸੀਗੇ ਪਿੰਦਰ ਗਏ ਨੇ ਰਣਸ਼ੇਰ ਲਈ ਬਨਾਨਾ ਲੈਣ ਕਿਉਂਕਿ ਰਣਸ਼ੇਰ ਨੂੰ ਨਾ ਥੋੜੀ ਥੋੜੀ ਭੁੱਖ ਹੀ ਲੱਗੀ ਆਉਂਦੀ ਆ ਕਿਉਂ ਰਣਸ਼ੇਰ ਚੀਜੀ ਖਾਊਗਾ ਰਣਸ਼ੇਰ ਨਹੀਂ ਬੜਾ ਗੰਦਾ ਇਨਸਾਨ ਆ ਤੂੰ ਚੀਜੀ ਨੀ ਖਾਏਗਾ ਡੈਡਾ ਕਿੱਥੇ ਆ ਐ ਖੜਕਾ ਦੇ ਕਹਿ ਲੈ ਡੈਡਾ ਮੰਮਾ ਨੀ ਡੈਡਾ ਖੜਕਾ ਦੇ ਕੋਈ ਬੀਰਾ ਮਿਲਣ ਆਇਆ ਜਿੱਦਣ ਦੇ ਪਿੰਦਰ ਦੇ ਯਾਰ ਦੋਸਤ ਆਏ ਆ ਉਦਣ ਦੇ ਅੱਜ ਪਹਿਲੀ ਵਾਰੀ ਏਦਾਂ ਹੋਇਆ ਵੀ ਅਸੀਂ ਦੋਨੇ ਜਾਣੇ ਕਿਤੇ ਪਾਸੇ ਇਕੱਠੇ ਚੱਲੇ ਆ ਨਹੀਂ ਤੇ ਜਨਾਬ ਆਪਦੇ ਯਾਰਾਂ ਦੋਸਤਾਂ ਨਾਲ ਹੀ ਘੁੰਮਦੇ ਆ ਲਾਸਟ ਟਾਈਮ ਵੀ ਜਦੋਂ ਅਸੀਂ ਇਕੱਠੇ ਗਏ ਸੀ ਉਦੋਂ ਵੀ ਅਸੀਂ ਮਾਸਟਰ ਵੀਰ ਜੀ ਨੂੰ ਲੈਣ ਹੀ ਗਏ ਸੀ ਚੰਡੀਗੜ੍ਹ ਯਾਦ ਆ ਸਾਨੂੰ ਸੋਰੀ ਮੋਹਾਲੀ ਹਾਂਜੀ ਜਿਹੜਾ ਆਪਾਂ ਇੰਨੇ ਫੈਮਿਲੀ ਫੰਕਸ਼ਨ ਇਕੱਠਿਆਂ ਦੇਖਿਆ ਜਾਗੋ ਵਿਆਹ ਬਸ ਫੰਕਸ਼ਨ ਹੀ ਦੇਖੇ ਮੈਂ ਐ ਕਿਤੇ ਗਏ ਨੀ ਹੈਗੇ ਵੀ ਆਪਾਂ ਦੋਨੇ ਜਾਣੇ ਚਲੇ ਗਏ ਇਕੱਠੇ ਘੁੰਮਣ ਚਿੱਤਰ ਖਾਂਦੇ ਚਲੋ ਡਾਂਗਾ ਪਈਆਂ ਹੋਣਗੀਆਂ ਚਲੋ ਬਈ ਹੁਣ ਆਪਾਂ ਪਹੁੰਚ ਗਏ ਆ ਦਰਾਹੇ ਤੇ ਹੁਣ ਚੱਲੀਏ ਅੱਜ ਆਪਾਂ ਮੈਕਡੀ ਵੀ ਖਾਣਾ ਵਾ ਕਿੰਨੇ ਸਾਲ ਹੋ ਗਏ ਨਾ ਕੀ ਹੋ ਗਏ ਮਹੀਨਾ ਦੋ ਮਹੀਨੇ ਹੀ ਹੋਇਆ ਲੈ ਖਾਧੇ ਨੂੰ ਬਸ ਬਾਹਲਾ ਟਾਈਮ ਨੀ ਹੋਇਆ ਨਹੀਂ ਉਦੋਂ ਆਪਾਂ ਜਿਤਨੇ ਮਾਸਟਰ ਲੈਣ ਚੱਲੇ ਸੀਗੇ ਆਪਾਂ ਕਿਹਾ ਸੀ ਆਪਾਂ ਮਹਾਲੀ ਆ ਖਾਵਾਂਗੇ ਪਰ ਮਹਾਲੀ ਵਾਲੇ ਰਾਜ ਬੜਾ ਸੀਗਾ ਸਹੀ ਗੱਲ ਆ ਫਿਰ ਆਪਾਂ ਉਹਦੇ ਨੇ ਡੋਮੀਨੋਜ਼ ਖਾ ਲਿਆ ਸੀਗਾ ਚਲੋ ਕੋਈ ਨਾ ਬਹੁਤ ਅਰਸੇ ਹੋ ਗਏ ਬਾਹਰ ਰਹਿਣਾ ਮੈਕੜੀ ਦਾ ਸਾਰਾ ਕੁਝ ਖਾ ਸਾਰਾ ਕੁਛ ਹੀ ਖਾਣਾ ਵਾ ਅਸੀਂ ਸਿਆਣੇ ਕਹਿੰਦੇ ਹੁੰਦੇ ਆ ਪਹਿਲਾਂ ਪੂਰੀ ਗੱਲ ਸੁਣੋ ਫਿਰ ਬੋਲੋ ਸਹੀ ਬਾਤ ਹੈ ਅੱਧੀ ਜਦੀ ਗੱਲ ਸੁਣ ਕੇ ਰਿਐਕਸ਼ਨ ਲੈਣ ਦਾ ਕੋਈ ਫਾਇਦਾ ਨਹੀਂ ਠੀਕ ਆ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਚਲੋ ਬਈ ਹੁਣ ਆਪਾਂ ਚੱਲੀਏ ਸੋਚਿਆ ਮੈਕਡੀ ਖਾਣ ਤੋਂ ਪਹਿਲਾਂ ਜੂਸ ਪੀ ਲਈਏ ਬਹੁਤ ਦਿਨ ਹੋ ਗਏ ਜੂਸ ਵੀ ਨਹੀਂ ਪੀਤਾ ਹੈਗਾ ਹੁਣ ਪਿੰਦਰ ਉੱਥੇ ਗਏ ਨੇ ਨਾਲੇ ਰਣਸ਼ੇਰ ਦਾ ਸਿੱਪਰ ਲੈ ਗਏ ਥੋੜਾ ਜਿਹਾ ਰਣਸ਼ੇਰ ਨੂੰ ਬੁਲਾ ਲਏ ਹੈਲੋ ਪਿੰਦਰ ਡੈਡਾ ਲੈ ਕੇ ਆਉਂਦੇ ਜੂਸ ਰਣਸ਼ੇਰ ਨੂੰ ਕਾਲੀ ਮੈਂ ਕਿਹਾ ਜੂਸ ਪੀਣਾ ਕਹਿੰਦੇ ਡੈਡਾ ਉਰੇ ਹੀ ਆਉਂਦੇ ਆ ਪੁੱਤ ਹੁਣ ਇਹਨੂੰ ਆਇਆ ਰਹਿੰਦਾ ਵੀ ਮੈਂ ਛੇਤੀ ਪਿੰਦਰ ਕੋਲੇ ਹੀ ਜਾਵਾਂ ਜਾਇਓ ਜਾਇਓ ਜਾ ਜੂਸ ਲੈ ਆ ਮੰਮਾ ਨੂੰ ਵੀ ਲਾ ਦਿਓ ਜੂਸ ਮਿਲ ਗਿਆ ਸਾਨੂੰ ਹੁਣ ਅਸੀਂ ਪੂਰੇ ਖੁਸ਼ ਆ ਆਰਾਮ ਨਾਲ ਬੈਠ ਕੇ ਜੂਸ ਪੀ ਰਹੇ ਇੰਜੋਏ ਕਰ ਰਹੇ ਕਿਉਂ ਰਣਸ਼ੇਰ ਹੁਣ ਜਿੰਨਾ ਟਾਈਮ ਇਹਦੀ ਤਸੱਲੀ ਨੀ ਹੁੰਦੀ ਇਹਨੇ ਮੂੰਹ ਨਾਲੋਂ ਸਿੱਪਰ ਲਾਉਣਾ ਹੀ ਨੀ ਹੈਗਾ ਹੈਨਾ ਚਾਂਸ ਹੈਗੇ ਨੇ ਕਿ ਅਸੀਂ ਕੱਲ੍ਹ ਨੂੰ ਸ਼ਿਮਲੇ ਜਾਵਾਂਗੇ ਸੋਚਿਆ ਹੁਣੇ ਟੈਂਕੀ ਫੁੱਲ ਕਰਾ ਲਈਏ
ਹੈ ਆਹ ਪੰਪ ਤੇ ਤਾਂ ਵੀ ਗੱਲ ਬਣ ਜਾਣੀ ਆ ਸ਼ੀਸ਼ਾ ਵੀ ਪੂਰਾ ਸਾਫ ਹੋ ਜਾਣਾ ਟਾਈਮ 7:15 ਹੋ ਗਏ ਰਾਜ ਅਸੀਂ ਬਿਲਕੁਲ ਨਹੀਂ ਖੜੇ ਬਸ ਇੱਕ ਰਾਜਪੁਰੇ ਮੈਂ ਤੇ ਪਵਨ ਨੇ ਮੈਕ ਚਿਕਨ ਰੈਪ ਖਾਧਾ ਤੇ ਇਹਨੇ ਆਪਦੀਆਂ ਫਰਾਈਜ਼ ਖਾਧੀ ਹਾਂਜੀ ਹੁਣੇ ਪਰ ਬੋਰਡ ਹੋ ਰਿਹਾ ਸੀ ਕਿੱਥੇ ਆ ਗਿਆ ਹੁਣ ਫਿਰ ਦੇਖ ਰਿਹਾ ਘਰੇ ਬਿਲਕੁਲ ਵੀ ਕੋਈ ਰਾਸ਼ਨ ਨਹੀਂ ਹੈਗਾ ਅੱਜ ਅਸੀਂ ਘਰੋਂ ਵੀ ਨਾਲ ਕੁਛ ਨਹੀਂ ਲੈ ਕੇ ਆਏ ਹੁਣ ਸਾਰਾ ਕੁਛ ਲੈ ਕੇ ਆਉਣਾ ਪੈਣਾ ਵਾ ਅੱਜ ਕਾਲੀ ਕਾਲੀ 'ਚ ਤਾਂ ਦਿਮਾਗ 'ਚੋਂ ਨਿਕਲੀ ਗਿਆ ਵੀ ਨਾ ਕੋਈ ਦਾਲ ਸਬਜ਼ੀ ਚੱਕੀ ਨਾ ਕੋਈ ਦੁੱਧ ਚੱਕਿਆ ਹਾਂਜੀ ਦਾਲ ਤਾਂ ਕਿਹੜੀ ਚੱਕੀ ਨਹੀਂ ਹੈਗੀ ਮਤਲਬ ਸਬਜ਼ੀ ਸੁਬ ਚੱਕ ਲੈਂਦੇ ਹਾਂ ਜਿਵੇਂ ਪਿਆਜ਼ ਪਿਊ ਟਮਾਟਰ ਮੋਟਰ ਅੱਜ ਉਹ ਰਹਿ ਗਏ ਚੱਲ ਕੋਈ ਨਾ ਬਾਕੀ ਸਭ ਬੜੀਆ ਹੈ ਗਰੋਸਰੀ ਸ਼ੋਪਿੰਗ ਕਰ ਲਈ 450 ਰੁਪਏ ਲੱਗ ਗਏ ਤੇ ਅੱਜ ਅਸੀਂ ਆਏ ਸੀ ਲੈਫਟ ਡਰ ਗਿਆ ਸੀ ਰੋਣ ਲੱਗ ਗਿਆ ਸੀ ਭਵਨ ਕਹਿੰਦੇ ਤੁਸੀਂ ਚਲੋ ਪੌੜੀਆਂ ਮੈਂ ਮੇਰੇ ਗੇਟ ਖੋਲਦੀ ਹਾਂ ਅਸੀਂ ਪੌੜੀਆਂ ਪਹਿਲਾਂ ਆ ਗਏ ਚਾਹ ਤੇ ਫਲੈਟ ਦੀ ਚੰਗੀ ਤਰ੍ਹਾਂ ਸਫਾਈ ਵੀ ਕਰਨ ਵਾਲੀ ਕਿਉਂਕਿ 2 ਰੁਪਏ ਪਵਨ ਤੋਂ ਬਿਨਾਂ ਇੱਥੇ ਰਹਿ ਗਿਆ ਜਦੋਂ ਮੈਂ ਰਹਿ ਕੇ ਆਉਂਦਾ ਮੈਂ ਸਾਫ਼ ਤਾਂ ਕਰ ਦਿੰਦਾ ਹੁੰਦਾ ਬਟ ਜਿਵੇਂ ਕਹਿੰਦੇ ਨਾ ਕੁੜੀਆਂ ਬੁੜੀਆਂ ਉਹ ਡੀਪ ਕਲੀਨਿੰਗ ਕਰਦੀਆਂ ਹੁੰਦੀਆਂ ਉਹ ਨਹੀਂ ਆਪਾਂ ਕੀਤੀ ਆਪਾਂ ਤਾਂ ਜਿੰਨਾ ਗੰਦ ਪਾਉਂਦੇ ਸੀ ਓਨਾ ਕੁ ਸਾਫ਼ ਕਰਦੇ ਸੀਗੇ ਹੁਣ ਕੱਲ੍ਹ ਨੂੰ ਦੇਖਦੇ ਹਾਂ ਵੀ ਕੱਲ੍ਹ ਨੂੰ ਕਰੀਏ ਜਾਂ ਫਿਰ ਜੇ ਕੱਲ੍ਹ ਨੂੰ ਸ਼ਿਮਲੇ ਗਿਆ ਉਦੋਂ ਬਾਅਦ 'ਚ ਆ ਕੇ ਕਰੀਏ ਹੁਣ ਮੈਂ ਸ਼ਿਮਲਾ ਸ਼ਿਮਲਾ ਕਹੀ ਤਾਂ ਜਾਂਦਾ ਹੋਰ ਸਵੇਰ ਨੂੰ ਮਾਇੰਡ ਹੀ ਚੇਂਜ ਹੋ ਜੇ ਪਰ ਕੱਲ੍ਹ ਨੂੰ ਤਾਂ ਜਾਣਾ ਗਿਆ ਨਾ ਪਵਨ ਪੱਕੀ ਗੱਲ ਆ ਇੱਟ ਤੇ ਪ੍ਰੋਮਿਸ ਇੱਟ ਤੇ ਪੱਥਰ ਆ ਆਪਣੀ ਗੱਡੀ ਤਾਂ ਅੱਜ ਬਲੌਕ ਹੋਈ ਖੜੀ ਆ ਚਲੋ ਥੱਲੇ ਆ ਕੇ ਦੇਖਦੇ ਹਾਂ ਟਾਈਮ ਫੋਰ ਮਾਰਨਿੰਗ ਚਾਹ ਵਧੀਆ ਪਵਨ ਆ ਬੜਾ ਸੱਜਰੇ ਨਹੀਂ ਉੱਠੇ ਪਹਿਲਾਂ ਸਾਡਾ ਪਲਾਨ ਸੀ ਸਵੇਰੇ ਸੱਜਰੇ ਜਾਣਾ ਬਾਹਰ ਗੱਡੀਆਂ ਗੱਡੀਆਂ ਖੜੀਆਂ ਆਪਣੀ ਗੱਡੀ ਨਿਕਲਣੀ ਨਹੀਂ ਹੈਗੀ ਹਾਂਜੀ ਪੁੱਤ ਗੁੱਡ ਮਾਰਨਿੰਗ ਤਿੰਨ ਕਹਿਣਾ ਭੁੱਲ ਗਿਆ ਸੀ ਸੋਰੀ ਹਾਂ ਤੁਸੀਂ ਵੀ ਬਲੌਗ ਚੋਣਾਂ ਦੇ ਸ਼ੀਤੇ ਨੇ ਓਕੇ ਓਕੇ ਸਾਡਾ ਪਲੈਨ ਸੀਗਾ ਵੀ ਸਵੇਰੇ 7 ਵਜੇ ਘਰੋਂ ਨਿਕਲਣਾ ਸੀਗਾ ਅਸੀਂ ਉੱਠਣ ਨੂੰ ਅੱਧਾ ਘੰਟਾ ਲੇਟ ਹੋਏ ਸੀਗੇ ਇਹ ਸੋਚਿਆ ਕੋਈ ਨਾ ਵੀ 9:30 ਘਰੋਂ ਨਿਕਲ ਜਾਵਾਂਗੇ ਪਰ ਹੁਣ ਮੇਰੀ ਐਪਲ ਵਾਚ 'ਤੇ ਟਾਈਮ ਹੋ ਗਿਆ 12:10 ਹਲੇ ਵੀ ਰਣਸ਼ੀਰ ਨੇ ਆਪਦਾ ਬ੍ਰੇਕਫਾਸਟ ਕੰਮ ਲੰਚ ਕਰਨਾ ਵਾ ਸੋਰੀ ਲੰਚ ਕਰਨਾ ਵਾ ਬ੍ਰੇਕਫਾਸਟ ਤਾਂ 2 ਵਜੇ ਔਰਡਰ ਕਰ ਲਿਆ ਹਾਂ ਉਹ ਦਲੀਆ ਖਾਊਗਾ ਉਹ ਤੋਂ ਬਾਅਦ ਹੀ ਜਾਵਾਂਗੇ ਹੁਣ ਮੈਂ ਚੱਪਲ ਚੱਕਾਂ ਤਾਂ ਸਪੀਡ ਵਧਾਏਗੀ ਸਪੀਡ ਮੇਰੀ ਤਾਂ ਤੇਜ਼ ਆ ਮੁੰਡੇ ਨੂੰ ਉਠਾ ਲਓ ਆਪਦੇ ਨਾਲ ਉਹਨੂੰ ਬਿਠਾ ਲਈ ਆ ਭੋਰਾ ਵੀ ਉੱਠਿਆ ਹੈਗਾ ਚਲੋ ਕੋਈ ਬਾਤ ਨਹੀਂ ਠਾਲ ਦੇ ਉਹਨੂੰ ਠਾਲ ਦੇ ਮੈਨੂੰ ਐਵੇਂ ਚੱਪਲਾਂ ਚੱਕੀ ਜਾਂਦੀ ਠਾਲ ਲਾ ਤਾ ਰਣਸ਼ੇਰ ਉੱਠ ਜਾ ਪੁੱਤ ਉਹ ਦੀ ਸ਼ੇਰੇ ਸ਼ੇਰੇ ਉੱਠ ਜਾ ਉੱਠ ਜਾ ਉੱਠ ਜਾ ਨਹੀਂ ਤੁਸੀਂ ਮਾੜਾ ਜਿਹਾ ਖੜਕਾ ਨਹੀਂ ਹੋਣ ਦਿੰਦੇ ਹੁਣ ਦੇ ਘੋੜੇ ਦੇ ਸੁੱਤਾ ਤੇ ਟਾਈਮ ਹੋ ਗਿਆ 12:30 ਫਾਈਨਲੀ ਹੁਣ ਜਾ ਕੇ ਆਪਾਂ ਸਾਰਾ ਸਮਾਨ ਗੱਡੀ ਰੱਖ ਲਿਆ ਅਤੇ ਹੁਣ ਆਪਾਂ ਨਿਕਲਣ ਲੱਗਦੇ ਹਾਂ ਅੱਜ ਦੇ ਦਿਨ ਦਾ ਸਭ ਤੋਂ ਪਹਿਲਾ ਟਾਸਕ ਹੁਣ ਆਪਾਂ ਜ਼ੀਰਕਪੁਰ ਦੀ ਬਹੁਤ ਹੀ ਗੰਦੀ ਟ੍ਰੈਫਿਕ ਨੂੰ ਕ੍ਰੋਸ ਕਰਨਾ ਮੈਂ ਹਾਂਜੀ ਜ਼ੀਰਕਪੁਰ 'ਚ ਇੰਨੀ ਕੁ ਟ੍ਰੈਫਿਕ ਲੱਗਦੀ ਹੈ ਨਾ ਖਾਸ ਕਰਕੇ ਪੁਲ ਥੱਲੇ ਸਹੀ ਬਾਤ ਹੈ ਆਈ ਹੇਟ ਇਟ ਆਈ ਹੇਟ ਇਟ ਹਾਂਜੀ ਬਾਕੀ ਦੇਖਦੇ ਹਾਂ ਟਾਈਮ ਦੁਪਹਿਰ ਦਾ ਹੀ ਹਲੇ ਸ਼ਾਇਦ ਟ੍ਰੈਫਿਕ ਮਿਲੇ ਸ਼ਾਇਦ ਨਾ ਤੁਹਾਨੂੰ ਦੱਸ ਦਿਆਂਗਾ ਕਿਉਂਕਿ ਹਲੇ ਕੋਈ ਵੀ ਕੰਮ ਦਾ ਪੀਕ ਪੁਆਇੰਟ ਨਹੀਂ ਹੈਗਾ ਹਲੇ ਦੁਪਹਿਰਾ ਜੇ ਹੀ ਆ ਯੈਸ
ਸ਼ੁਕਰਾਤੀ ਦਾ ਵੀ ਦਿਮਾਗ ਹੈਗਾ ਯਾਰ। ਉਹ ਮੇਰਾ ਦਿਮਾਗ ਦੀ ਬਹੁਤ ਆ ਜੀ। ਬਸ ਇਹਨੂੰ ਸਮੱਸਿਆ ਹੀ ਬਾਕੀ ਚੱਲ। ਜੇ ਜਿੰਦਗੀ ਕੁਛ ਖਰਾਬ ਹੋਊਗਾ ਤਾਂ ਇਹਦੀ ਸਮੱਸਿਆ ਬਹੁਤ ਲੋੜ ਹੈ। ਬਾਲਾ ਨਾ ਬੋਲੋ ਠੀਕ ਆ। ਨਹੀਂ ਮੈਨੂੰ ਤਾਂ ਬਸ ਆਹੀ ਸਾਹ ਹੁੰਦੀ ਆ। ਹਾਂ ਸਾਹ ਹੁੰਦੀ ਆ ਮੇਰੇ ਤੋਂ, ਤੁਸੀਂ ਸਾਹ ਹੁੰਦੇ ਹੋ ਬਸ। ਹਾਂ ਆਹੋ ਆ ਤਾਂ ਆਪਾਂ ਨੂੰ ਸਾਹਮਣਾ ਨਾ ਦੋਨਾਂ ਨੂੰ ਸ਼ੇਰ ਸਾਨੂੰ ਦੋਨਾਂ ਨੂੰ ਸਾਹ ਦੇਵੇ ਹਨਾ ਸ਼ੇਰ। ਇਹਦਾ ਤਾਂ ਹੁਣ ਬਾਹਰ ਧਿਆਨ ਆ ਕਿਤੇ ਟਿਕ ਟਿਕੀ ਲੱਗੀ ਹੋਈ ਹੈ ਇਹਦੀ ਤਾਂ। ਚਲੋ ਪਹਿਲੀਆਂ ਲਾਈਟਾਂ ਤਾਂ ਖੁੱਲੀਆਂ ਮਿਲੀਆਂ। ਅੱਜ ਤਾਂ ਲੱਗਦਾ ਬਚਾਅ ਹੋ ਗਿਆ ਟ੍ਰੈਫਿਕ ਤੋਂ, ਥੋੜੀ ਜਿਹੀ ਲੱਗਦੀ ਆ ਬਾਹਲਾ ਨਹੀਂ ਹੈ। ਚਲੋ ਮਾੜੀਆਂ ਜਿਹੀਆਂ ਬੱਤੀਆਂ ਤਾਂ ਹੁਣ ਲੱਗਣਗੀਆਂ। ਹੁਣ ਤੁਹਾਨੂੰ ਜਮੀ ਪਲੇਨ ਰੋਡ ਤਾਂ ਮਿਲ ਲੋ ਰਿਹਾ ਵੀ ਤੁਸੀਂ ਸਿੱਧੇ ਆਓ ਜੀ। ਤਪਿੰਦਰ ਸਿੰਘ ਭੰਦੇਰ ਜੀ ਆ ਰਹੇ ਨੇ, ਸਾਰੀਆਂ ਗੱਡੀਆਂ ਪਰੇ ਕਰ ਲੋ, ਬਚਾ ਹੋਇਆ ਨੀ। ਲੱਗ ਹੀ ਗਏ ਸਾਨੂੰ 15-20 ਮਿੰਟ ਪੂਰੇ ਜੀਰਕਪੁਰ ਦੇ ਵਿਚ ਵਿਚ। ਜੇ ਆਪਾਂ ਸਵੇਰੇ 7 ਵਜੇ ਨਿਕਲਦੇ ਸਿਰਫ 5 ਮਿੰਟ ਲੱਗਣੇ। ਚਲੋ ਵੈਸੇ 15-20 ਮਿੰਟ ਪਿੱਛੇ 2 ਘੰਟੇ ਸੌਤ ਵੱਧ ਲਏ। ਹਾਂ ਸਹੀ ਗੱਲ ਆ। ਵੈਸੇ ਵੀ ਆਪਾਂ ਨੇ ਹੌਲੀ ਹੌਲੀ ਜਾਂਦੇ ਰਹੇ, ਟਾਈਮ ਲਾ ਹੀ ਲੈਣਾ ਸੀਗਾ। ਵੈਸੇ ਆਪਾਂ 2 ਘੰਟੇ ਪਹਿਲਾਂ ਸੁੱਤੇ, ਅੱਧਾ ਘੰਟਾ ਬਾਅਦ ਸੁੱਤੇ ਹਾਂ। ਅੱਧਾ ਘੰਟੇ ਜਿੱਦਾਂ ਫਿਰ ਆਇਆ ਯਾਰ, ਸ਼ੇਰ ਨੂੰ ਨਮਾਉਣ ਲੱਗ ਗਏ, ਬਸ ਉਹੀ ਟਾਈਮ ਵੱਧ ਲੰਘ ਗਿਆ। ਚਲ ਕੋਈ, ਚਲੋ ਬਾਤ ਨਹੀਂ ਕੋਈ। ਅਭੀ ਬੱਤੀਆਂ ਖੁੱਲ ਚੁੱਕੀ ਹੈ, ਹਮ ਚਲਤੇ ਹੈ। ਤੇਰਾ ਮਿਊਜ਼ਿਕ ਪਿੱਛੇ ਦੇਣਾ ਜ਼ਰੂਰੀ ਹੁੰਦਾ। ਗੱਲ ਬਣੀ ਨੀ ਅੜ ਕੇ ਟਰੱਕ ਉੱਥੇ ਖੜਾ ਵਾ, ਨਾ ਉਹ ਤੁਰਿਆ ਨਾ ਬੱਸ, ਉਹ ਸਾਰੀਆਂ ਗੱਡੀਆਂ ਨਿਕਲ ਗਿਆ। ਹੁਣ ਆਪਣੀ ਨਿਕਲ ਜਾਣੀ ਸੀ, ਕਦੇ ਮੇਰੀ ਗੱਲ ਮੰਨ ਲਿਆ ਕਰ। ਬਦਨਾਮੀ ਕਰਾਤੀ ਨੇ ਟਰੱਕ ਦਾ। ਹਮੇਸ਼ਾ ਹੀ ਪਿੰਦਰਾ ਕਹਿੰਦੇ ਹੁੰਦੇ ਆ, ਮੈਂ ਦੂਜੀ ਚ ਕਹਿ ਰਹੇ ਨੇ, ਦੂਜੀ ਚ ਲਾਉਂਦੇ ਹੁੰਦੇ ਆ ਜਾ ਕੇ। ਚਲੋ ਕੋਈ ਨੀ, ਸਬਰ ਰੱਖੋ। ਕਈ ਪਿੱਛੋਂ ਪਿੱਛੋਂ ਰਾਹ ਹਲੇ ਵੀ ਟੁੱਟਿਆ ਹੋਇਆ, ਜਿਹੜਾ ਪਿਛਲੇ ਸਾਲ ਆਪਣੇ ਮੀਂਹ ਵੱਧ ਪਏ ਸੀ ਨਾ, ਉਹਦਾ ਨੁਕਸਾਨ ਹਲੇ ਤੱਕ ਹੈਗਾ। ਨਹੀਂ ਪਹਿਲਾਂ ਪੂਰੇ ਰਾਹ ਬਣ ਗਏ ਸੀਗੇ। ਸਹੀ ਗੱਲ ਆ। ਪਵਾ ਲਓ 20 ਇੰਚ ਟਾਇਰ, ਡਰ ਪਤਾ ਕਿੰਨਾ ਲੱਗਦਾ, ਅੱਗੇ ਦੱਬੀ ਜਾਂਦਾ ਨੂੰ ਜਿਵੇਂ। ਸਹੀ ਗੱਲ ਆ। ਹੁਣ ਮੈਨੂੰ ਲੱਗਦਾ ਜਿੱਦੋਂ ਦੀ ਆਪਾਂ ਥਾਰ ਲਈ ਆ, ਆਪਾਂ ਵੱਧ ਹਮੇਸ਼ਾ ਪਹਾੜਾਂ 'ਚ ਥਾਰ ਹੀ ਲੈ ਕੇ ਆਉਂਦੇ ਆ। ਹੁਣ ਬਹੁਤ ਟਾਈਮ ਬਾਅਦ ਸਕਾਰਪੀਓ ਲੈ ਕੇ ਆਏ ਆ। ਸ਼ਿਮਲੇ ਜਾ ਕੇ ਅਸੀਂ ਆਪਦਾ ਪਹਿਲਾ ਸਟੋਪ ਲੈ ਲਿਆ, ਸ਼ਿਮਲੇ 'ਚ ਨਹੀਂ ਹਿਮਾਚਲ ਪ੍ਰਦੇਸ਼ ਜਾ ਕੇ। ਹੁਣ ਅਸੀਂ ਉੱਥੇ ਹੀ ਰੁਕੇ ਹਾਂ ਜਿੱਥੇ ਅਸੀਂ ਘੁੰਮਣ ਆਏ, ਕਾਸ਼ੀ ਵੀਰੇ ਉਹਨਾਂ ਨਾਲ ਆਏ ਸੀ, ਉੱਥੇ ਰੁਕੇ ਸੀ, ਉੱਥੇ ਰੋਟੀ ਖਾਣ ਲੱਗੇ ਸੀ, ਉਹਨਾਂ ਜਿੱਥੇ ਕਰਕੇ ਉਹਨੂੰ ਪਰੌਂਠੇ ਖਾਂਦੇ। ਆ ਜਾਓ ਜੀ, ਠੀਕ ਹੈ ਜੀ, ਥੈਂਕ ਯੂ ਭਾਈ। ਬਾਹਰ ਆ ਕੇ ਸੰਗ ਦਾ ਕਰੋ।
ਵੈਰੀ ਗੁੱਡ ਆ ਜਾਓ ਚਲੋ ਇਹਨੂੰ ਬਾਹਰ ਆ ਕੇ ਐ ਹੋ ਜਾਂਦਾ ਮੈਂ ਉਹ ਵੀ ਚੀਜ਼ਾਂ ਛੇੜਾਂ ਉਹ ਵੀ ਛੇੜਾਂ ਹਨਾ ਚਲੋ ਵੈਰੀ ਗੁੱਡ ਮੰਮਾ ਕੋਲ ਜਾ ਦੁਗਲੂ ਆ ਜਾ ਨਹੀਂ 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 ਰੋਟੀ ਇੱਕ ਕਰਨਾ ਖਾਣੀ ਪੈ ਰਹੀ ਹੈ ਬਸ ਬਸ ਦੁਕਰੀ ਆ ਗਈ ਸਾਡਾ ਪਲਾਨ ਤਾਂ ਸੀਗਾ ਉਹਦੇ ਪਰੌਂਠੇ ਖਾਣ ਦਾ ਪਰ ਜਦੋਂ ਟਾਈਮ ਦੇਖਿਆ ਫਿਰ ਅਸੀਂ ਰੋਟੀ ਵੀ ਖਾ ਲਈ ਹੁਣ ਸਿੱਧਾ ਸ਼ਿਮਲੇ ਜਾ ਕੇ ਕੁਛ ਖਾਵਾਂਗੇ ਹੁਣ ਤਾਂ ਇੱਥੇ ਵੀ ਸਟਾਰਬਕ ਤੇ ਬਰਗਰ ਕਿੰਗ ਖੁੱਲ ਗਿਆ ਕਿੰਨਾ ਸੋਹਣਾ ਬਣਿਆ ਨਾ ਐ ਚੜਾਈ ਚੜ ਕੇ ਇੱਥੇ ਦਿਖਾਈ ਬਹੁਤ ਸੋਹਣਾ ਬਣਿਆ ਇੱਧਰ ਦਿਖਾ ਦੇ ਅੱਜ ਹੈਗਾ ਆਪਣਾ ਰਣਸ਼ੇਰ ਨਾਲ ਤੀਜਾ ਅਟੈਂਪਟ ਸ਼ਿਮਲੇ ਪਹੁੰਚਣ ਦਾ ਪਹਿਲੀ ਵਾਰੀ ਅਸੀਂ ਕੰਡਾ ਘਾਟੀ ਰੁਕ ਗਏ ਸੀਗੇ ਦੂਜੀ ਵਾਰੀ ਅਸੀਂ ਸ਼ਿਮਲੇ ਤੋਂ ਠੀਕ 8-10 ਕਿਲੋਮੀਟਰ ਪਿੱਛੇ ਰੁਕੇ ਸੀਗੇ ਕਿਉਂਕਿ ਟ੍ਰੈਫਿਕ ਬਾਹਲੀ ਹੋ ਗਈ ਸੀਗੀ ਅਤੇ ਨੈਕਸਟ ਡੇ ਜਾਣਾ ਸੀਗਾ ਪਰ ਜਾਨੂੰ ਹਮਾਇਤ ਮੁੱਕਰ ਗਈ ਉਹ ਸਾਡੇ ਨਾਲ ਜੀਤਾ ਆਇਆ ਸੀਗਾ ਉਹ ਕਹਿੰਦੀ ਵੀ ਮੈਂ ਇੱਦੂਗਾ ਨੇ ਮੈਂ ਤਾਂ ਘਰੇ ਜਾਣਾ ਵਾ ਅਤੇ ਅੱਜ ਹੈਗਾ ਸਾਡੀ ਤੀਜੀ ਵਾਰੀ ਦੇਖਦੇ ਹਾਂ ਅੱਜ ਕੀ ਬਣਦਾ ਕਿਉਂ ਹਾਂਜੀ ਅੱਜ ਹਲੇ 29 ਫਰਵਰੀ ਆ ਫਿਰ ਵੀ ਹਲਕਾ ਜਿਹਾ ਏ ਸੀ ਤਾਂ ਸ਼ਿਮਲੇ 'ਚ ਲਾਉਣਾ ਪੈ ਰਿਹਾ ਗਰਮੀ ਲੱਗ ਰਹੀ ਏ ਸੀ ਬੰਦ ਹੁੰਦਾ ਵਾ ਅੱਜ ਤਾਂ ਮੈਂ ਐਂ ਕਰਦਾ ਮੈਂ ਆਪਦੀ ਜ਼ਬਾਨ ਨੂੰ ਕੁਛ ਕਹਿੰਦਾ ਹੀ ਨਹੀਂ ਮੈਂ ਥੋੜ੍ਹਾ ਟਾਈਮ ਪਹਿਲਾਂ ਹੀ ਪਵਨ ਨੂੰ ਕਿਹਾ ਵੀ ਅੱਜ ਤਾਂ ਨਹੀਂ ਮਿਲਾ ਸ਼ਿਮਲੇ ਟ੍ਰੈਫਿਕ ਹੋਊ ਜਦੀ ਹੁਣ ਕਦ ਇੱਥੇ ਹੀ ਖੜਿਆ ਯਾਰ ਟਾਈਮ ਹੋ ਗਿਆ ਐਪਲ ਵਾਚ 'ਤੇ 4:35 ਇੱਧਰ ਬਾਂਦਰ ਨੂੰ ਦੇਖ ਕੇ ਚੀਖਾਂ ਛੱਡਤੀਆਂ ਉਹ ਕੁਛ ਨੀ ਕਹਿੰਦਾ ਹਾਂ ਕਰਦੇ ਉਹਨੂੰ ਹੈ ਕਰਦੇ ਨਹੀਂ ਪੁੱਤ ਕੁਛ ਨੀ ਕਹਿੰਦਾ ਉਹ ਕੁਛ ਨੀ ਕਹਿੰਦਾ ਪੁੱਤ ਬਾਏ ਕਰਦੇ ਉਹਨੂੰ ਰਣਸ਼ੇਰ ਆ ਬਾਂਦਰ ਨਹੀਂ ਪੁੱਤ ਕੁਛ ਨੀ ਕਹਿੰਦੇ ਮੈਂ ਹੈਗਾ ਤੇਰਾ ਡੈਡਾ ਹੈਗਾ ਤੇਰੇ ਨਾਲ ਫਿਰ ਜਿੱਥੇ ਆਪਾਂ ਚੱਲੇ ਆ ਉੱਥੇ ਤਾਂ ਔਖਾ ਉਹ ਨਹੀਂ ਬੁੱਤ ਕੁਛ ਨੀ ਹੁੰਦਾ ਨੀਅਰ ਅਬਾਊਟ 40-45 ਮਿੰਟ ਹੋ ਗਏ ਨੇ ਸਾਨੂੰ ਆਹੀ ਟ੍ਰੈਫਿਕ ਦੇ ਵਿੱਚ ਹਲੇ ਵੀ ਤੁਰਨ ਦਾ ਕੋਈ ਨਾਂ ਨਹੀਂ ਹੈਗਾ ਅੱਜ ਤਾਂ ਗੱਡੀ ਮਸਾਂ ਪਾਰਕ ਕੀਤੀ ਆ ਬੱਸ ਹੋ ਗਈ ਮੇਰੀ ਤਾਂ
ਆ ਬਾਈ ਦੀ ਹੈਲਪ ਲਈ ਯਾਰ ਨਸ਼ੇਰ ਦਾ ਸਟੋਲਰ ਚੱਕਣ ਦੇ ਥੋੜਾ ਜਿਹਾ ਸਮਾਨ ਚੱਕਣ ਲਈ ਨਸ਼ੇਰ ਫੋਨ ਦੇਖਾ ਦੇ ਚਾਹ ਹਾਂ ਅਮਲੂੜ ਕੇ ਲਈ ਮੈਂ ਹਾਂ ਫੋਨ ਦੇਖ ਲੈ ਅਰੇ ਫੋਨ ਦੇਖ ਲੈ ਫੋਨ ਫੋਨ ਚੱਲੀ ਜਾ ਉਹ ਦੀ ਆ ਵੀ ਫੋਨ ਦੇਖ ਲੈ ਤੂੰ ਆ ਕੌਣ ਸੀ ਨਸ਼ੇਰ ਸੀ ਹਾਂਜੀ ਖੁੱਲੂ ਕਾ ਜਿੰਨਾ ਛੋਟਾ ਹੁੰਦਾ ਲਿਫਟ 'ਚ ਖੁਸ਼ ਹੁੰਦਾ ਸੀਗਾ ਹੁਣ ਉਨਾ ਹੀ ਡਰਨ ਲੱਗ ਗਿਆ ਡਰਪੋਕਾ ਬਣਦਾ ਜਾਂਦਾ ਹੁਣ ਤੂੰ ਜਿੰਨਾ ਤਿੰਨ ਡਰਪੋਕਲ ਦਾਸ ਚਲ ਕੋਈ ਨਹੀਂ ਕਿਹੜਾ ਇੱਕ ਸੋਕ ਗਿਆ ਮੈਂ ਛੋਟਾ ਹਾਂ ਜਿੰਦਰ ਰੇ ਇਧਰ 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 ਰਣਜੀਰ ਕਿੱਥੇ ਆ ਗਏ ਸੀ ਹੁਣ ਸਾਨੂੰ ਬੈੱਡ ਮਿਲ ਗਿਆ ਹੁਣ ਨਹੀਂ ਅਸੀਂ ਕਿਸੇ ਨਾਲ ਵੀ ਬੋਲਦੇ ਹੈਗੇ ਆਏ ਪੈ ਜਾ ਮੈਂ ਨਾ ਰਣਜੀਰ ਨੂੰ ਰਾਹ 'ਚ ਹੱਸਣ ਲੱਗ ਗਈ ਮੈਂ ਕਿਹਾ ਤੇਰੇ ਡੈਡਾ ਹੱਸਦੇ ਨਹੀਂ ਹੈਗੇ ਤੂੰ ਉਹਨਾਂ ਨੂੰ ਹਸਾ ਦੇ ਰਣਜੀਰ ਦੋਨੇ ਹੱਥ ਚੱਕ ਕੇ ਕਹਿੰਦਾ ਮੇਰੇ ਤਾਂ ਹੱਥ ਖੜੇ ਆ ਡੈਡਾ ਨੇ ਨਹੀਂ ਹੱਸਣਾ ਪੂਰਾ ਬਸ ਇੱਕ ਲਿਫਟ ਤੋਂ ਬਾਲਾ ਡਰਨ ਲੱਗ ਗਿਆ ਕਿ ਕਿੰਨੀ ਵਧੀਆ ਇੰਜੋਏ ਕਰਦਾ ਹੁੰਦਾ ਸੀ ਲਿਫਟ ਤੋਂ ਸਹੀ ਗੱਲ ਆ ਮੈਂ ਰਾਤ ਦਿਖਾ ਤੇ ਮੈਂ ਤੈਨੂੰ ਖੁਸ਼ ਹੋ ਕੇ ਦਿਖਾਇਆ ਮੈਂ ਕਿਹਾ ਉਹਦੇ ਮੌਕੀ ਆ ਗਏ ਮੌਕੀ ਆ ਗਏ ਕੀ ਆਰਡਰ ਕਰਨਾ ਮੇਰੇ ਪੁੱਤ ਨੇ ਜਦੋਂ ਤੁਸੀਂ ਜਵਾਕ ਦੇ ਨਾਲ ਟਰੈਵਲ ਕਰਦੇ ਹੋ ਉਹ ਟਰੈਵਲ ਤੁਹਾਡਾ ਟੋਟਲੀ ਡਿਫਰੈਂਟ ਹੁੰਦਾ ਜਿਹੜਾ ਜਵਾਕ ਹੋਣ ਤੋਂ ਪਹਿਲਾਂ ਟਰੈਵਲ ਹੁੰਦਾ ਵਾ ਹੁਣ ਜਿੱਥੇ ਵੀ ਮੈਂ ਤੇ ਪਵਨ ਟਰੈਵਲ ਕਰਾਂਗੇ ਓਬਵੀਅਸ ਰਣਜੀਤ ਦੇ ਨਾਲ ਹੋਊਗਾ ਹੀ ਸੋ ਆਪਣਾ ਹਰ ਟਰੈਵਲ ਤੇ ਇੱਕੋ ਹੀ ਮਕਸਦ ਹੋਇਆ ਕਰੂਗਾ ਕਿ ਆਪਾਂ ਇਹਦੀ ਇੱਕ ਪਰਫੈਕਟ ਪਿਕਚਰ ਲੱਭਿਆ ਕਰਨੀ ਆ ਉਹ ਦੇਖਦੇ ਆਪਾਂ ਨੂੰ ਅੱਜ ਹੀ ਲੱਭਦੀ ਆ ਜਾਂ ਹਲੇ ਆਪਾਂ ਨੂੰ ਕੱਲ੍ਹ ਤੱਕ ਵੇਟ ਕਰਨੀ ਪਊ ਹਾਂਜੀ ਇਹਨੂੰ ਹੁਣ ਆਏ ਆ ਵੀ ਪਿੰਦਰ ਇਹਨੂੰ ਛੇਤੀ ਗੋਦੀ ਚੱਕੇ ਇਹਨੂੰ ਬਾਹਰ ਲੈ ਕੇ ਚੱਲ ਆਪਣੇ ਸ਼ੂ ਨੇ ਪੁੱਤ ਜੇ ਪੈ ਜਾ ਤਲੋਂ ਓ ਲੈ ਜਾ ਮੰਮਾ ਕੋਲ ਤੁਰ ਕੇ ਆ ਜਾ ਜਾ ਆ ਜਾ ਆ ਜਾ ਛੋਟੇ ਜਵਾਕ ਦੀ ਫੋਟੋ ਖਿੱਚਣੀ ਨਾ ਮਤਲਬ ਸਭ ਤੋਂ ਔਖਾ ਟਾਸਕ ਆ ਬਟ ਕੋਈ ਨਾ ਜੱਟਾ ਕੰਮ ਔਖਾ ਵਾ ਪਰ ਕਰਾਂਗੇ ਜ਼ਰੂਰ ਇਹ ਵੀ ਕਹਿ ਕਰੂ ਵੱਡਾ ਹੋ ਕੇ ਕਿ ਮੇਰੇ ਛੋਟੇ ਹੁੰਦੇ ਦੀਆਂ ਇੰਨੀਆਂ ਸੋਹਣੀਆਂ ਫੋਟੋਆਂ ਹੁਣ ਤੈਨੂੰ ਬਥੇਰੀ ਸਮਾਇਲ ਉੱਡਦੀ ਆ ਰਣਸ਼ੇਰ ਦਾ ਸਟੋਲਰ ਅਸੀਂ ਥੱਲੇ ਹੀ ਰੱਖਤਾ ਸੀ ਵੀ ਬਾਰ ਬਾਰ ਲੈ ਕੇ ਜਾਣਾ ਬਹੁਤ ਔਖਾ ਵਾ ਪੌੜੀਆਂ 'ਚ ਹੀ ਲਿਫਟ ਵੀ ਹੈਗੀ ਆ ਹੁਣ ਲਿਫਟ 'ਚ ਤਾਂ ਇਹ ਡਰਦਾ ਵਾ ਡੈਟਸ ਵਾਈ ਅੱਜ ਕੱਲ੍ਹ ਨਾ ਇਹਨੂੰ ਪਿੰਦਰ ਦੇ ਬਾਹਲਾ ਪਿਆਰ ਆਉਂਦਾ ਪਿੰਦਰ ਨੂੰ ਹੀ ਕਹਿੰਦਾ ਮੈਨੂੰ ਹੀ ਗੋਦੀ ਚੱਕ ਕੇ ਡੈਡਾ ਤੂੰ ਹੀ ਚੱਲ ਵਧੀਆ ਗੱਲ ਆ ਨਾ ਆ ਜਾ ਰਣਸ਼ੇਰੇ ਗੁੱਡ ਜੋਬ ਸੋਚਿਆ ਤਾਂ ਹੈ ਨਹੀਂ ਸੀ ਵੀ ਸ਼ਿਮਲੇ 'ਚ ਠੰਡ ਹੋਊਗੀ ਹੁਣ ਜਦੋਂ ਬਾਹਰ ਨਿਕਲੇ ਰੂਮ 'ਚੋਂ ਠੰਡ ਹੈਗੀ ਆ ਹੁਣ ਰਣਸ਼ੇਰ ਲਈ ਬਲੈਂਕਟ ਲੈ ਆਈ ਕੰਬਲ ਲੈਣ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਅਸੀਂ ਸਿਰਫ ਹੀ 200 ਮੀਟਰ ਹੋਰ ਗਾਂ ਗਏ ਸਾਨੂੰ ਠੰਡ ਹੋਰ ਵੱਧ ਲੱਗੀ ਫਿਰ ਅਸੀਂ ਵਾਪਸ ਮੁੜੇ 200 ਮੀਟਰ ਮੈਂ ਵੱਧ ਗਿਆ ਤਾ ਨਾ 10 ਕੁ ਡਿੰਗਾਂ ਗਾਂਗੇ ਫਿਰ ਅਸੀਂ ਸੋਚਿਆ ਵੀ ਆਪਦੇ ਹੋਟਲ 'ਚ ਚੱਲਦੇ ਹਾਂ
ਜੇ ਤੁਸੀਂ ਛੋਟੇ ਜਵਾਕ ਨਾਲ ਟਰੈਵਲ ਕਰ ਰਹੇ ਹੋ ਤਾਂ ਦੋ ਚਾਰ ਗੱਲਾਂ ਦਿਮਾਗ ਜ਼ਰੂਰ ਰੱਖਿਓ। ਇੱਕ ਤਾਂ ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ ਅਤੇ ਦੂਜਾ ਤੁਹਾਡੇ ਪਲੈਨ ਆਫ ਐਕਸ਼ਨਸ ਕਿਸੇ ਵਕਤ ਵੀ ਚੇਂਜ ਹੋ ਸਕਦੇ ਆ। ਜਿਵੇਂ ਕਿ ਅੱਜ ਅਸੀਂ ਸੋਚਿਆ ਇਹ ਸੀਗਾ ਕਿ ਅਸੀਂ ਮਾਲ ਰੋਡ ਘੁੰਮਾਂਗੇ, ਪਰ ਜਦੋਂ ਦੇਖਿਆ ਸੀ ਹਵਾ ਚੱਲ ਰਹੀ ਆ ਤਾਂ ਸਾਡਾ ਸਾਰਾ ਪਲੈਨ ਚੇਂਜ ਹੋ ਗਿਆ। ਅਤੇ ਉਦੋਂ ਬਾਅਦ 'ਚ ਫਿਰ ਆਪਣੇ ਆਹ ਹੋਟਲ ਦੇ ਨਾਲ ਹੀ ਇਹ ਹੋਟਲ ਦਾ ਇੱਕ ਵਧੀਆ ਰੈਸਟੋਰੈਂਟ ਆ, ਉਹ ਸੋਚਿਆ ਵੀ ਉੱਥੇ ਵਧੀਆ ਵਿਊ ਇੰਜੋਏ ਕਰਾਂਗੇ, ਪਰ ਉੱਥੇ ਵੀ ਹਵਾ ਬਹੁਤ ਚੱਲ ਰਹੀ ਸੀ ਅਤੇ ਅਸੀਂ ਅੰਦਰ ਬੈਠੇ। ਹਾਂਜੀ, ਸੋ ਜਵਾਕ ਨਾਲ ਤੁਸੀਂ ਹੌਲੀ ਹੌਲੀ ਕੋਪਰੇਟ ਕਰਨਾ ਸਿੱਖੋਗੇ, ਜਿਵੇਂ ਜਿਵੇਂ ਵੱਡਾ ਹੋਈ ਜਾਊਗਾ ਤੁਸੀਂ ਦੇਖੀ ਜਾਇਓ ਕਿ ਅਸੀਂ ਫਿਰ ਕੰਫਰਟੇਬਲ ਹੁੰਦੇ ਜਾਵਾਂਗੇ। ਕਿਉਂ ਜੀ? ਹਾਂਜੀ, ਇਹ ਟਾਈਮ ਥੋੜਾ ਲੱਗਦਾ ਹੀ ਹੈ ਜੀ, ਥੋੜਾ ਜਿਹਾ ਤਾਂ ਲੱਗੂਗਾ ਐਡਜਸਟਮੈਂਟ, ਕਿਉਂਕਿ ਅਸੀਂ ਤਿੰਨ ਵਾਰੀ ਤਾਂ ਸ਼ਿਮਲੇ ਪਹੁੰਚੇ ਆ। ਸਹੀ ਗੱਲ, ਹੁਣ ਸ਼ਿਮਲੇ ਤਾਂ ਪਹੁੰਚੇ, ਪਹਿਲੀ ਵਾਰੀ ਸ਼ਿਮਲਾ ਐਕਸਪਲੋਰ ਵੀ ਕਰਾਂਗੇ, ਪਹਿਲੀ ਵਾਰੀ ਕੰਡਾ ਘਾਟ, ਫਿਰ ਉਦੋਂ 6-7 ਕਿਲੋਮੀਟਰ ਪਿੱਛੇ ਹੀ ਖੜ ਕੇ ਹੁਣ ਧੁਰ ਪਹੁੰਚੇ ਆ, ਹੁਣ ਮੈਨੂੰ ਤਾਂ ਅਸੀਂ ਇਹੀ ਰੂਮ 'ਚ ਰਹਿ ਕੇ ਹੋਣਾਗੇ। ਹਾਂ, ਕੱਲ੍ਹ ਥੋੜ੍ਹੀ ਜਿਹੀ ਇੱਕ ਹੋਰ ਨਿਊਜ਼ ਮਿਲੀ ਆ ਵੀ ਕੱਲ੍ਹ ਥੋੜ੍ਹਾ ਜਿਹਾ ਮੀਂਹ ਵੀ ਪਿਆ, ਮੀਂਹ ਆ ਗਿਆ, ਫਿਰ ਤਾਂ ਕੰਮ ਗਿਆ। ਹਾਂਜੀ, ਚੱਲ ਨਹੀਂ ਤਾਂ ਫਿਰ ਇਹਨੂੰ ਆਪਾਂ ਜਿਹੜਾ ਮੇਨ ਮਾਲ ਰੋਡ ਆ ਤਾਂ ਦਿਖਾ ਕੇ ਲਿਆਵਾਂਗੇ ਚਰਚ ਕੋਲੋਂ। ਤਾਂ ਜਿਹੜੀ ਆਪਾਂ ਮੇਨ ਚੀਜ਼ ਕਰਨਾ ਆ ਫੋਟੋ ਕਲਿੱਕ ਕਰਨ, ਉਹ ਤਾਂ ਫਿਰ ਕਰਾਂਗੇ ਕਰਾਂਗੇ। ਹਾਂਜੀ, ਕਿਉਂ ਬਈ? ਹਾਂਜੀ, ਕਿਉਂ ਜੀ? ਹੁਣ ਅਸੀਂ ਉਹਨੂੰ ਖੇਡ ਪਤਾ ਕੀ ਪਾਇਆ ਹੋਇਆ, ਜਿਹੜੇ ਆਪਣੇ ਰੂਮ ਚ ਕਾਫੀ ਤੇ ਉਹ ਪਾਊਡਰ ਵਾਲਾ ਦੁੱਧ ਪਿਆ ਹੁੰਦਾ, ਉਹ ਪੁੜੀਆਂ ਰੱਖ ਲਾ, ਰੱਖ ਲਾ, ਰੱਖ ਲਾ ਪੁੱਤ, ਖੇਡ ਲਾ ਤੂੰ। ਹਾਂ ਚਲੋ ਬਈ, ਟਾਈਮ ਟੂ ਸਵਿਚ ਆਫ ਮਾਈ ਐਪਲ ਵਾਚ। ਓ ਕਿਵੇਂ ਹੁੰਦੀ ਹੁੰਦੀ ਸੀ, ਇਹਦੇ ਥੱਲੇ ਇੱਕ ਬਟਨ ਆ ਛੋਟਾ ਜਿਹਾ। ਹਾਂਜੀ, ਉਹ ਤਾਂ ਬੜਾ, ਬਸ ਲਾਉਣ ਦਾ ਹੀ ਚਾਹ, ਬਾਅਦ ਚਲਾਉਣ ਦਾ ਨਹੀਂ ਪਤਾ ਪੁੱਤ ਵਾਸਤੇ। ਅੱਜ ਹੈਗਾ ਆਪਣਾ ਸ਼ਿਮਲੇ 'ਚ ਦੂਜਾ ਦਿਨ, ਸਵੇਰ ਦਾ ਬ੍ਰੇਕਫਾਸਟ ਆਪਣਾ ਆ ਗਿਆ। ਤੇ ਬ੍ਰੇਕਫਾਸਟ ਦੇ ਨਾਲ ਨਾਲ ਬਾਹਰ ਬੱਦਲ ਵੀ ਆ ਗਏ ਅਤੇ ਹਲਕੀਆਂ ਹਲਕੀਆਂ ਕਣੀਆਂ ਵੀ ਆ ਗਈਆਂ। ਅਸੀਂ ਬਾਲਕੋਨੀ ਵਾਲਾ ਰੂਮ ਤਾਂ ਲਿਆ ਸੀ ਵੀ ਸਵੇਰੇ ਉੱਠ ਕੇ ਟੌਰ ਨਾਲ ਇੰਜੋਏ ਕਰਾਂਗੇ, ਬਟ ਇੱਥੇ ਤਾਂ ਹੁਣ ਕਣੀਆਂ ਆ ਗਈਆਂ। ਚਲੋ ਕੋਈ ਬਾਤ ਨਹੀਂ, ਮੈਨੂੰ ਲੱਗਦਾ ਫੋਟੋ ਅੱਜ ਵੀ ਨਹੀਂ ਖਿੱਚੀ ਜਾਣੀ। ਗੰਦਾ ਬੇਬੀ, ਹੋ ਮਾਰੀਆਂ ਟੈਨੋ ਲੋ ਚੱਕ ਕੇ ਥੱਲੇ। ਮੀਂਹ ਪਿਛਲੇ 2-3 ਘੰਟੇ ਤੋਂ ਲਗਾਤਾਰ ਹੀ ਪੈ ਰਿਹਾ, ਸਾਰੇ ਕਿਤੇ ਪਾਣੀ ਪਾਣੀਆਂ, ਪੌੜੀਆਂ ਬੜੀਆਂ ਸਲਿੱਪਰੀਆਂ। ਮੀਂਹ ਪੈਣ ਨਾਲ ਠੰਡ ਵੱਧ ਗਈ ਅਤੇ ਗੱਡੀ ਸਟਾਰਟ ਵੀ ਨਹੀਂ ਹੋਈ, ਬੈਟਰੀ ਡਾਊਨ ਹੋ ਗਈ।
ਮਿਸ਼ਨ ਤਾਂ ਆਪਣਾ ਮੀਂਹ ਨੇ ਖਰਾਬ ਕੀਤਾ ਹੀ ਕੀਤਾ ਸੀ ਤੇ ਖੱਜਲ ਵੀ ਬਹੁਤ ਹੋਈ, ਆਪਣੀ ਗੱਡੀ ਹੁਣ ਸਟਾਰਟ ਹੋਈ, ਬੈਟਰੀ ਬਿਲਕੁਲ ਹੀ ਡੈਡ ਹੋ ਗਈ, ਮਕੈਨਿਕ ਸੱਦਿਆ ਫਿਰ ਜਾ ਕੇ ਗੱਡੀ ਸਟਾਰਟ ਕੀਤੀ ਆ, ਹੁਣ ਉਹ ਕਹਿੰਦਾ ਇਹਨੂੰ ਬੰਦ ਨਾ ਕਰਿਓ, ਨਹੀਂ ਇਹਨੇ ਮੁੜ ਕੇ ਫਿਰ ਨਹੀਂ ਸਟਾਰਟ ਹੋਣਾ, ਹੁਣ ਮੈਨੂੰ ਲੱਗਦਾ ਇੱਕ ਸੀਗਾ ਮਿਸ਼ਨ ਵੀ ਰਾਹ 'ਚ ਮੈਗੀ ਖਾਵਾਂਗੇ ਉਹ ਵੀ ਰਹਿ ਗਿਆ। ਮੇਰੀ ਗੱਲ ਦੱਸਣ, ਹਾਂਜੀ ਮੈਂ ਵੀ ਹੱਬ ਕੇ ਕਹਿਣਾ ਹੁੰਦਾ 7 ਸਾਲ ਪੁਰਾਣੀ ਬੈਟਰੀ ਹੈ, ਮੈਂ ਡੈਡੀ ਨਹੀਂ ਮੰਨਦਾ ਹਟ, ਚੱਲਦੀ ਆ ਕਹਿੰਦਾ ਚੱਲਦੀ ਹੈ, ਉਹ ਕਰਾ ਕੇ ਉੱਥੋਂ ਸਟਾਰਟ ਜੀ ਉਵੇਂ। ਸਹੀ ਗੱਲ ਹੈ, ਕਿਉਂਕਿ ਆਪਣੇ ਥੋੜ੍ਹਾ ਕੁ ਟਾਈਮ ਹੋ ਗਿਆ ਪਹਿਲਾਂ ਘਰੇ ਵੀ ਡੈਡ ਹੋ ਗਈ ਸੀ ਡੈਡੀ, ਉਹਨਾਂ ਨੇ ਉਵੇਂ ਸਟਾਰਟ ਕਰਾਤੀ, ਉਹ ਮਕੈਨਿਕ ਕਹਿੰਦਾ ਕੁਛ ਨਹੀਂ ਹੁੰਦਾ ਇਹ ਕਿਤੇ ਨਹੀਂ ਜਾਂਦੀ ਹੈਗੀ, ਡੈਡੀ ਹੋਣੀ ਵੀ ਉਹੀ ਗੱਲ ਤੇ ਪੱਕੇ। ਇੱਕ ਇੱਦਾਂ ਹੋਇਆ ਆਪਾਂ ਨੂੰ ਪਾਰਕਿੰਗ ਪੂਰੀ ਟੌਪ ਫਲੋਰ ਤੇ ਮਿਲੀ ਯਾਰ, ਉੱਥੇ ਛੱਤ ਵੀ ਨਹੀਂ ਸੀ, ਪੰਜਾਬ 'ਚ ਕਹਿੰਦੇ ਸ਼ਿਮਲੇ ਠੰਡ ਪੈਂਦੀ ਹੈ, ਹਲੇ ਵੀ ਹੈਗਾ ਟੈਂਪਰੇਚਰ ਆਪਣੇ 7-8 ਡਿਗਰੀ ਆ, ਆਪਣੀ ਕਿੰਨੀ ਠੰਡ ਪਈ ਆ ਪੰਜਾਬ 'ਚ, ਕਦੇ ਵੀ ਨਾ ਇਹਦੇ ਜ਼ੀਰੋ ਟੱਕ ਨਹੀਂ ਹੋਇਆ, ਇੱਕ ਦਿਨ ਮਸਾਂ ਹੋਇਆ, ਅੱਜ ਮੈਂ ਆਪਾਂ ਲਾਈ ਆ ਗੱਡੀ ਮਸਾਂ ਟੱਕ ਆਇਆ ਕਰਮ ਵਾਲਾ, ਹੋਰ ਠੰਡ ਵੱਧ ਹੁੰਦੀ ਆ ਪਹਾੜਾਂ 'ਚ, ਟੈਂਪਰੇਚਰ ਚਾਹੇ ਸੇਮ ਹੀ ਹੋਵੇ। ਚਲੋ ਕੋਈ ਨਹੀਂ, ਉੱਤੋਂ ਦੀ ਅੱਜ ਮੌਸਮ ਤੁਹਾਨੂੰ ਪਤਾ ਹੀ ਆ ਖਰਾਬ ਆ, ਤਾਂ ਕਰਕੇ ਵੀ ਥੋੜ੍ਹੀ ਠੰਡ ਵੱਧ ਹੋਈ। ਚਲੋ ਅਬ ਹਮ ਚਲਤੇ ਹੈ, ਦੇਖਤੇ ਹੈ, ਸਾਰਾ ਮੂਡ ਸਪਾਇਲ ਹੋ ਗਿਆ। ਸਹੀ ਬਾਤ ਹੈ, ਮੇਰੀ ਗੱਲ ਸੁਣੋ, 3 ਕਿਲੋਮੀਟਰ ਤੁਰ ਕੇ ਗਿਆ ਮੈਂ, ਉਹ ਤਾਂ ਬੂਟ ਨਵੇਂ ਪਾ ਗਏ ਜੀ ਮੇਰੇ, ਉਧਰੋਂ ਰੜ ਸ਼ੇਰ ਦਾ ਰੋਲਾ, ਇਹਨੂੰ ਇਹਨੂੰ ਪਤਾ ਨਹੀਂ ਅੱਜ ਕੱਲ ਕੀ ਆ, ਨਾ ਕੋਲੋਂ ਮੈਨੂੰ ਹਿੱਲਣ ਦਿੰਦਾ ਨਾ ਪਿੰਦਰ ਨੂੰ ਹਿੱਲਣ ਦਿੰਦਾ, ਜਿਹੜਾ ਕੋਲੇ ਨਹੀਂ ਹੈਗਾ ਉਹਨੂੰ ਹੀ ਹਾਕਾ ਮਾਰੀ ਜਾਂਦਾ ਵੀ ਛੇਤੀ ਉਹ ਕੋਲੇ ਆ ਜਾਵੇ, ਕਰਾਉਣਾ ਕੁਛ ਨਹੀਂ ਹੁੰਦਾ ਫਿਰ ਖੁਸ਼ ਹੋ ਜਾਂਦਾ। 3 ਕਿਲੋਮੀਟਰ ਵੱਧ ਗਿਆ ਸੋਰੀ, 300 ਮੀਟਰ। ਹਾਂ ਮੈਂ ਵੀ ਪਹਿਲਾਂ ਸੋਚਿਆ ਸੀ, ਮੈਂ ਕਿਹਾ ਚੱਲ ਕਾਹਨੂੰ ਤੁਹਾਨੂੰ ਟੋਕਣਾ ਵਾ ਵਿੱਚ, 10 ਕਿਲੋਮੀਟਰ ਤਾਂ ਹੋਊਗਾ। ਚਲੋ ਵਧੀਆ, ਬੇਚਾਰਾ ਉਹੀ ਚੰਗਾ ਜਿਹੜਾ ਬੰਦਾ ਆ ਕੇ ਗੱਡੀ ਸਟਾਰਟ ਕਰ ਗਿਆ, ਉਹਨਾਂ ਨੂੰ ਕਿਹਾ ਪਾਰਕਿੰਗ ਵਾਲਿਆਂ ਨੂੰ, ਉਹ ਹਲੇ ਭੱਜ ਗਏ ਮੇਰੇ ਪਰ, ਖੜ ਜਾ ਤੇਰਾ ਕਰਦੇ ਆ ਹੱਲ, ਭਾਜੋ ਮਾਫੀ ਕਰ ਲੂ, ਕਿੱਦਾਂ ਦੀ ਬੇਇੱਜ਼ਤੀ ਹੋ ਸੋਰੀ ਯਾਰ। ਚਲੋ ਉਹਨਾਂ ਨੇ ਮੂਡ ਖਰਾਬ ਕਰਤਾ, ਥੋੜਾ ਜਿਹਾ ਸਹਿਣਾ ਵੀ ਪੈਂਦਾ ਵਾ, ਕੋਈ ਗੱਲ ਨਹੀਂ, ਮੈਂ ਤਾਂ ਤੂੰ ਪੁੱਛਦਾ, ਵੈਸੇ ਐਦਾਂ ਭੱਜ ਕੇ ਪੈਣ ਵਾਲੀ ਕੋਈ ਗੱਲ ਹੈ ਤਾਂ ਹੈ ਨਹੀਂ ਸੀਗੀ, ਬੰਦੇ ਨੇ ਹੈਲਪ ਹੀ ਮੰਗੀ ਆ ਇੱਕ ਤਰ੍ਹਾਂ ਦੀ, ਸਾਡੇ ਪੰਜਾਬ ਜਾ ਕੇ ਹੈਲਪ ਮੰਗਣ ਨਾ, ਪੰਜ ਪੰਜ ਖੜੇ ਹੋਣ ਉੱਥੇ ਨਾਲ। ਚਲੋ ਵੀ ਅਭੀ ਹਮ ਚਲਤੇ ਹੈ ਘਰ ਕੋ।